ਇੰਨੇ ਕਰੋੜ ਕਮਾਉਣਾ ਹੈ ਜਾਂ ਆਹ ਇੱਥੇ ਕੋਠੀ ਲੈਣੀ ਹੈ ਜਾਂ ਦਿਲਜੀਤ ਤਰ੍ਹਾਂ ਹੁਣ ਬੰਬੇ ਅੰਬਾਨੀਆਂ ਤੇ ਇੱਕ ਦਿਨ ਮਹਿਤਾਬ ਵਿਰਕ ਵੀ ਗਾਉਂਦਾ ਹੋਵੇ, ਉਹ ਤਾਂ ਮਾਣ ਵਾਲੀ ਗੱਲ ਆ, ਉਹ ਤਾਂ ਮੈਂ ਬੜਾ ਖੁਸ਼ ਹੋਇਆ ਬਾਈ ਨੂੰ ਦੇਖ ਕੇ। ਦਿਲਜੀਤ ਬਾਈ ਨੂੰ ਮੈਨੂੰ ਲੱਗਦਾ ਮੈਂ ਗਾਣੇ ਜ਼ਿਆਦਾ ਸੁਣੇ ਆ, ਮੈਨੂੰ ਉਹਨਾਂ ਦੀ ਲਾਈਫ ਜਾਂ ਉਹਨਾਂ ਦੀ ਚੀਜ਼ਾਂ ਸ਼ੁਰੂ ਤੋਂ ਇੰਪ੍ਰੈਸ ਕਰਦੀ ਆ। ਪੰਜਾਬ ਦਾ ਜਿਹੜਾ ਯੂਥ ਹੈ ਉਹ ਬਾਈ ਵਰਗਾ ਬਣੇ, ਮੇਰੇ ਅਰਦਾਸ ਹੈ ਪਰਮਾਤਮਾ ਅੱਗੇ ਸਾਡੇ ਲਈ ਯਾਰ, ਪੱਗ ਬੰਨ ਕੇ ਝੋਟਾ ਗਾ ਕੇ ਆਇਆ ਕਿ ਨਹੀਂ ਉੱਥੇ, ਬੜੀ ਵੱਡੀ ਗੱਲ ਹੈ, ਇਹ ਮਾਣ ਦੀ ਗੱਲ ਹੈ, ਬਹੁਤ ਮਾਣ ਵਾਲੀ ਗੱਲ ਹੈ ਬਾਈ। ਬਾਉਂਸਰ ਨਹੀਂ ਰੱਖੇ 15-20 ਉਹ ਪਾ ਕੇ ਉਹ ਜਿਹੜੇ ਹੁੰਦੇ ਆ ਸਫਾਰੀ ਸੂਟ ਵਾਲੇ, ਅੱਜ ਆਇਆ ਕਿੰਨੇ ਕਾਇ ਨਾਲ, ਕਿਉਂ ਨਹੀਂ ਰੱਖੇ, ਅਨਕੰਫਰਟੇਬਲ ਕਰਦੇ ਆ ਮੈਨੂੰ, ਨਹੀਂ ਗਨਮੈਨ ਗੁਨਮੈਨ ਬਾਉਂਸਰ ਨਾ ਨਾ ਕੋਈ, ਕਾਲੀਆਂ ਗੱਡੀਆਂ ਦੋ ਤਿੰਨ ਨਾਲ ਅੱਗੇ ਤੁਰਨ ਪਿੱਛੇ ਤੁਰਨ, ਪਟਿਆਲੇ ਆਇਆ ਤਾਂ ਬੱਗਾਂ ਨਾਲ ਆ ਗਿਆ, ਕਰਨਾਲ ਜਾਊਂਗਾ ਤਾਂ ਉੱਥੇ ਆ ਗਏ ਆ, ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਚੱਲ ਜਾਣਗੇ ਨਾਲ, ਬਾਉਂਸਰ ਨਹੀਂ ਰੱਖੇ 15-20 ਉਹ ਪਾ ਕੇ ਉਹ ਜਿਹੜੇ ਹੁੰਦੇ ਆ ਸਫਾਰੀ ਸੂਟ ਵਾਲੇ, ਨਾ ਅੱਜ ਆਇਆ ਕਿੰਨੇ ਕਾਇ ਨਾਲ, ਕਿਉਂ ਨਹੀਂ ਰੱਖੇ, ਅਨਕੰਫਰਟੇਬਲ ਕਰਦੇ ਆ ਮੈਨੂੰ, ਕਿਉਂ ਪਤਾ ਨਹੀਂ ਮਹਿਸੂਸ ਜਿਹਾ ਹੁੰਦਾ, ਨਹੀਂ ਗਨਮੈਨ ਗੁਨਮੈਨ ਬਾਉਂਸਰ ਨਾ ਨਾ ਕੋਈ, ਕਾਲੀਆਂ ਗੱਡੀਆਂ ਦੋ ਤਿੰਨ ਨਾਲ ਅੱਗੇ ਤੁਰਨ ਪਿੱਛੇ ਤੁਰਨ, ਉਂ ਧੱਕੇ ਜੇ ਮਾਰਦੇ ਲੋਕਾਂ ਨੂੰ ਜਦੋਂ ਮਹਿਤਾਬ ਵਿਰਕ ਆ ਗਿਆ ਤੁਰੇ ਜਾਂਦੇ ਆ ਪਾਸੇ, ਬਾਈ ਜੀ ਆ ਗਏ ਬਾਈ ਜੀ, ਨਾ ਉਹ ਕੰਮ ਨਹੀਂ ਹੈਗਾ, ਪਟਿਆਲੇ ਆਇਆ ਤਾਂ ਬੱਗਾਂ ਨਾਲ ਆ ਗਿਆ, ਕਰਨਾਲ ਜਾਊਂਗਾ ਤਾਂ ਉੱਥੇ ਆ ਗਏ ਆ, ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਚੱਲ ਜਾਣਗੇ ਨਾਲ, ਵਿਆਹਾਂ ਚ ਇੱਕ ਦੋ ਵਾਰੀ ਪਹਿਲਾਂ ਸ਼ੁਰੂ ਸ਼ੁਰੂ ਹੀ ਲੈ ਕੇ ਗਏ, ਹਾਂ ਪਹਿਲਾਂ ਇੱਕ ਦੋ ਦੂਰ ਜਾਣਾ ਵਿਆਹ ਤੇ ਉਹਨੂੰ ਕਹਿੰਦਾ ਵੀ ਨਹੀਂ ਬਾਉਂਸਰ ਜ਼ਰੂਰੀ ਆ, ਮੈਂ ਕਿਹਾ ਇੰਨੇ ਕਿ ਤਾਂ ਸੁੱਖ ਨਾਲ ਭਰਾ ਹੀ ਆ ਸਾਡੇ, ਬਾਉਂਸਰ ਵਾਲਾ ਕੀ ਕਰਨਾ, ਇਹ ਫਿਰ ਇਹ ਟ੍ਰੈਂਡ ਜਿਹਾ ਨਹੀਂ ਹੁੰਦਾ ਇੰਡਸਟਰੀ ਚ ਵੀ ਜਿਵੇਂ ਬਾਕੀ ਜੋ ਕਰੀ ਜਾਂਦੇ ਅਸੀਂ ਵੀ ਉਹੀ ਕਰੀਏ, ਜ਼ਰੂਰੀ ਨਹੀਂ, ਤੁਹਾਡੀ ਪਰਸਨੈਲਿਟੀ ਤੁਹਾਡੀ ਆ, ਕਿਸੇ ਦੇ ਰੀਸ ਕਿਉਂ ਕਰਨੀ ਆਪਾਂ, ਹਾਂ ਮੈਂ ਨਹੀਂ ਕਹਿੰਦਾ ਵੀ ਜ਼ਰੂਰੀ ਨਹੀਂ, ਹੋ ਸਕਦਾ ਕਈ ਵਾਰੀ ਕਿਸੇ ਰਸ਼ ਰੁਸ਼ ਚ ਜਾਣਾ ਉੱਥੇ, ਹੋ ਸਕਦਾ ਮੈਨੂੰ ਵੀ ਲਿਜਾਣੇ ਪੈਣ, ਪਰ ਜਦੋਂ ਹੁਣ ਮੈਂ ਤੁਹਾਡੇ ਕੋਲ ਆਇਆ ਪਰਿਵਾਰ ਚ ਹਾਂ, ਮੈਨੂੰ ਫੀਲ ਹੀ ਨਹੀਂ ਹੁੰਦਾ ਵੀ ਇੱਥੇ ਬਾਉਂਸਰ ਕੀ ਕਰਨਗੇ, ਮੈਨੂੰ ਤੁਹਾਡੇ ਤੋਂ ਖਤਰਾ ਥੋੜਾ ਨਾ, ਊਂ ਖਤਰਾ ਖੁਤਰਾ ਕੋਈ ਆ ਜਿਵੇਂ ਗੱਲਾਂ ਚੱਲਦੀਆਂ ਕੋਈ ਅਜਿਹੀਆਂ ਗੱਲਾਂ ਹੁੰਦੀਆਂ, ਫੋਨ ਫੂਨ ਆਇਆ ਕਦੇ ਕਿਸੇ ਦਾ, ਨਾ ਬਾਈ ਪੈਸੇ ਦਿਓ ਆ ਦਿਓ ਐ ਕਰੋ, ਸਾਡੇ ਕੋਲ ਪੈਸੇ ਹੈ ਹੀ ਨਹੀਂ, ਕਦੋਂ ਦੇਣੇ ਆ, ਨਾ ਉਹਨੂੰ ਕੋਈ ਫੋਨ ਪਾਉਣਾ ਹੈ, ਅਸੀਂ ਤਾਂ ਆਏਗਾ ਤੇ ਕਹਿ ਦਾਂਗੇ ਭਰਾਵਾ ਹੈ ਨਹੀਂ ਸਾਡੇ ਕੋਲ, ਤੂੰ ਦੇ ਜਾ ਜੇ ਕੋਈ ਮਨਸ਼ਾ ਹੈਗੀ ਮਾੜਾ ਮੋਟਾ ਦੇ ਜਾ, ਅਸੀਂ ਵੀ ਕੰਮ ਕਰ ਲਾਂਗੇ, ਪਰ ਇਹ ਹੈ ਵੀ ਇੰਨੇ ਕਰੋੜ ਕਮਾਉਣਾ ਹੈ ਜਾਂ ਆਹ ਇੱਥੇ ਕੋਠੀ ਲੈਣੀ ਹੈ ਜਾਂ ਦਿਲਜੀਤ ਤਰ੍ਹਾਂ ਹੁਣ ਬੰਬੇ ਅੰਬਾਨੀਆਂ ਤੇ ਇੱਕ ਦਿਨ ਮਹਿਤਾਬ ਵਿਰਕ ਵੀ ਗਾਉਂਦਾ ਹੋਵੇ, ਉਹ ਤਾਂ ਮਾਣ ਵਾਲੀ ਗੱਲ ਆ, ਉਹ ਤਾਂ ਮੈਂ ਬੜਾ ਖੁਸ਼ ਹੋਇਆ ਬਾਈ ਨੂੰ ਦੇਖ ਕੇ, ਮੈਂ ਤਾਂ ਸ਼ਾਇਦ ਸ਼ੁਰੂ ਤੋਂ ਹੀ ਦਿਲਜੀਤ ਬਾਈ ਨੂੰ ਮੈਨੂੰ ਲੱਗਦਾ ਮੈਂ ਗਾਣੇ ਜ਼ਿਆਦਾ ਸੁਣੇ ਆ, ਮੈਨੂੰ ਉਹਨਾਂ ਦੀ ਲਾਈਫ ਜਾਂ ਉਹਨਾਂ ਦੀ ਚੀਜ਼ਾਂ ਸ਼ੁਰੂ ਤੋਂ ਇੰਪ੍ਰੈਸ ਕਰਦੀਆਂ, ਉਹ ਤਾਂ ਬੜੀ ਘੈਂਟ ਗੱਲ ਆ ਯਾਰ, ਜਿੱਥੇ ਦਿਲਜੀਤ ਪਹੁੰਚ ਗਿਆ ਤੁਹਾਨੂੰ ਲੱਗਦਾ ਵੀ ਸਾਰੀ ਇੰਡਸਟਰੀ ਅੱਜ ਇਹ ਦੇਖਦੀ ਵੀ ਅਸੀਂ ਇਹਦੇ ਵਰਗੇ ਹੋਈਏ, ਜਾਂ ਇੱਕ ਜੈਲਸ ਫੈਕਟਰ ਹੁੰਦਾ ਬੰਦਾ ਕਹਿੰਦਾ ਯਾਰ ਉਹ ਮਤਲਬ ਉਹ ਵੱਡਾ ਅਸੀਂ ਵੀ ਹੈਗੇ ਹੀ ਆ, ਨਹੀਂ ਨਹੀਂ ਮੈਂ ਤਾਂ ਚਾਹੁੰਦਾ ਮੈਂ ਬਾਈ ਵਰਗਾ ਬਣਾ, ਪੰਜਾਬ ਦਾ ਜਿਹੜਾ ਯੂਥ ਹੈ
ਉਹ ਬਾਈ ਵਰਗਾ ਬਣੇ, ਮੇਰੇ ਅਰਦਾਸ ਹੈ ਪਰਮਾਤਮਾ ਅੱਗੇ ਸਾਡੇ ਲਈ ਯਾਰ ਪੱਗ ਬੰਨ ਕੇ ਝੋਟਾ ਗਾ ਕੇ ਆਇਆ ਕਿ ਨਹੀਂ ਉੱਥੇ, ਬੜੀ ਵੱਡੀ ਗੱਲ ਹੈ, ਇਹ ਮਾਣ ਦੀ ਗੱਲ ਹੈ, ਬਹੁਤ ਮਾਣ ਵਾਲੀ ਗੱਲ ਹੈ ਬਾਈ। ਕਈ ਵਾਰੀ ਸੋਚਾਂ ਐਵੇਂ ਕਾਹਦਾ ਪਿਆਰ ਹੋ ਗਿਆ, ਹੋਇਆ ਵੀ ਤਾਂ ਹੋਇਆ ਇੰਨਾ ਜ਼ਿਆਦਾ ਪਿਆਰ ਹੋ ਗਿਆ, ਉਹਦੇ ਬਿਨਾ ਰਹਿਣਾ ਲੱਗੇ ਬੜਾ ਔਖਾ, ਮੈਂ ਚੁੱਪ ਰਹਿ ਕੇ ਸਾਰ ਜਾਨੀ ਹਾਂ, ਝੱਟ ਆਖ ਦਿਨ ਤੋੜ ਦੇਣੀ ਯਾਰੀ, ਉੱਥੇ ਫਿਰ ਮੈਂ ਹਾਰ ਜਾਨੀ ਹਾਂ। ਤੁਹਾਨੂੰ ਲੱਗਦਾ ਇਸ ਗਾਣੇ ਨੇ ਇੱਕ ਵੱਖਰਾ ਮੁਕਾਮ ਦਿੱਤਾ ਤੁਹਾਨੂੰ ਜੀ, ਇੰਨੇ ਅਲੱਗ ਪਹਿਚਾਣ ਦਵਾਈ ਮਹਿਤਾਬ ਵਿਰਕ ਨੂੰ, ਅੱਜ ਦੋਵੇਂ ਕਿਤੇ ਸ਼ੋਅ ਲਾਉਣ ਜਾਂਦੇ ਹਾਂ ਤਾਂ ਉਹ ਕਹਿੰਦੇ ਹਾਰ ਜਾਨੀ ਆ, ਜਾਂ ਕਿਸੇ ਨੂੰ ਨਹੀਂ ਪਤਾ ਤਾਂ ਕਹਿੰਦੇ ਹਾਰ ਜਾਨੀ ਵਾਲਾ ਮੁੰਡਾ। ਅੱਛਾ, ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਗੀਤ ਬਾਰੇ ਲੋਕ ਤੁਹਾਨੂੰ ਪਹਿਚਾਨਣ। ਹਾਂ, ਪਰ ਮੈਂ ਜਦੋਂ ਪਹਿਲਾਂ ਬਾਹਰ ਸ਼ੋਅਜ਼ ਲਾਉਂਦਾ ਰਿਹਾ, ਮੈਂ UK ਵੀ ਗਿਆ, ਇੰਗਲੈਂਡ ਵੀ, ਇੱਥੇ ਕੈਨੇਡਾ ਵੀ, ਆਸਟ੍ਰੇਲੀਆ ਵੀ, ਹੁਣ ਜਦੋਂ ਗਏ ਤਾਂ ਹਾਰ ਜਾਨੀ ਆ ਤੇ ਇੱਕ ਮਤਲਬ ਜ਼ਰੂਰੀ ਬਣ ਗਿਆ। ਹਾਂ, ਚੱਲਣਾ ਹੀ ਚੱਲਣਾ, ਦੌੜ ਕਾਹਦੀ ਹੈ ਬਾਈ, ਕੀ ਅਚੀਵ ਕਰਨਾ? ਦੌੜ ਹੁਣ ਤਾਂ ਬਸ ਇਹ ਆ ਕਿ ਪਰਿਵਾਰ ਦੇ ਨਾਲ ਬਸ ਆਪਣਾ ਇੰਜੋਏ ਤੇ ਆਪਣੇ ਵਧੀਆ ਲਾਈਫ ਸੋਹਣੀ ਰਵੇ ਬਸ। ਪੈਸਾ ਕਿੰਨਾ ਜ਼ਰੂਰੀ ਹੈ? ਪੈਸਾ ਵੀ ਜ਼ਰੂਰੀ ਹੈ, ਪਰ ਇੰਨਾ ਵੀ ਨਹੀਂ ਵੀ ਤੁਸੀਂ ਆਪਣਿਆਂ ਨੂੰ ਹੀ ਭੁੱਲ ਜਾਓ। ਪੈਸੇ ਪਿੱਛੇ ਨਹੀਂ ਭੱਜਣਾ, ਭੱਜਣਾ ਆ ਆਪਣੀਆਂ ਖੁਸ਼ੀਆਂ ਪਿੱਛੇ, ਆਪਣਿਆਂ ਪਿੱਛੇ, ਆਪਣੇ ਮਾਂ ਪਿਓ ਪਿੱਛੇ, ਆਪਣੇ ਭੈਣ ਭਰਾਵਾਂ ਪਿੱਛੇ। ਮਿੱਟੀ ਨਾਲ ਜੁੜੇ ਹੋ, ਖੇਤੀ ਕਰਦੇ ਹੋ? ਹਾਂ, ਖੇਤੀ ਕਰਦੇ ਹਾਂ, ਪਿੰਡ ਸਾਡੇ ਸਾਰੇ, ਸਾਡੇ ਜਿੰਨੇ ਵੀ ਪਰਿਵਾਰ ਨੇ ਸਾਰੇ ਖੇਤੀ ਕਰਦੇ ਆ। ਧਾਰਾ ਚੋ ਲੈਂਦੇ? ਹਾਂ, ਹੁਣ ਤਾਂ ਮੈਨੂੰ ਸਾਲ ਬੜੇ ਹੋ ਗਏ ਇੱਥੇ ਰਹਿੰਦੇ ਆ, ਜਦੋਂ ਮੈਂ ਸਕੂਲ ਟਾਈਮ 'ਚ ਸੀ ਉਦੋਂ ਮੈਂ 2-3 ਮੱਝਾਂ ਦੀ ਧਾਰਾ ਮੇਰੇ ਹਿੱਸੇ ਆਉਂਦੀ ਸੀ, ਮੈਂ ਕੱਢੀ ਰੋਜ਼ ਦੀ। ਹਾਂ, ਅੱਜ ਵੀ ਤੁਸੀਂ ਮੈਨੂੰ ਬਿਠਾਓ, ਅੱਜ ਵੀ ਕੋਈ ਨਾ ਕੋਈ ਤਾਂ ਕਲਾਕਾਰੀ ਕਰੂੰਗਾ। ਅੱਛਾ, ਪੁਰਾਣੀਆਂ ਚੀਜ਼ਾਂ ਤਾਂ ਫਿਰ ਤੁਹਾਡੇ ਜ਼ਿਹਨ 'ਚ ਰਹਿੰਦੀਆਂ ਨੇ ਨਾ, ਤੁਹਾਡੀਆਂ ਆਦਤਾਂ, ਤੁਹਾਡੀਆਂ ਚੀਜ਼ਾਂ। ਪਹਿਲੀ ਵਾਰੀ ਜਹਾਜ਼ 'ਚ ਕਦੋਂ ਬੈਠੇ ਸੀ? 2014 'ਚ। ਕਿੱਥੇ ਗਏ? ਕੈਨੇਡਾ। ਮਾਰੇ ਆਠੇ ਮਾਰੇ ਜਹਾਜ਼ 'ਚ? ਹੈ, ਜਹਾਜ਼ 'ਚ ਕਰਨਾ ਕੀ ਆ, 12-13 ਘੰਟੇ ਵੀ ਤਾਂ ਕੱਢਣੇ ਆ। ਵਧੀਆ ਸੀ ਜਹਾਜ਼ ਦਾ ਸਫ਼ਰ, ਜ਼ਬਰਦਸਤ। ਪੂਣੀ ਨਹੀਂ ਕਰਾਈ ਏਅਰ ਹੋਸਟਸ ਤੋਂ? ਨਾ, ਉਦੋਂ ਨਹੀਂ ਕਰਾਈ, ਕਿਉਂਕਿ ਜਾ ਕੇ ਕੰਮ ਨਹੀਂ ਸੀ ਨਾ, ਜਾ ਕੇ ਜੇ ਰਿਲੈਕਸ ਰਹਿਣਾ ਸੀ। ਇੰਟਰਵਿਊ ਰੇਡੀਓ ਕਰਦੇ ਆ ਉੱਥੇ, ਜਦੋਂ ਸ਼ੋਅ 'ਤੇ ਜਾਂਦੇ ਆ ਫਿਰ ਰੇਡੀਓ 2-3 ਦਿਨ ਕਰਦੇ ਹਾਂ, ਅਸੀਂ ਅਗਲੇ ਦਿਨ ਸ਼ੁਰੂ ਕਰਨਾ ਸੀ, ਫਿਰ ਚਲੋ ਰਿਲੈਕਸ ਜਿਹਾ ਸੀ, ਵਧੀਆ ਇੰਜੋਏ ਕੀਤਾ। ਪੈਸਾ ਬਾਈ ਪਹਿਲੀ ਵਾਰੀ ਆਪਦਾ ਕਦੋਂ ਕਮਾਇਆ, ਆਪਦੇ ਹੱਥੀਂ ਜਦੋਂ? ਪੈਸਾ ਬਾਈ ਮੈਂ ਜਦੋਂ ਮਸ਼ੂਕ ਤੋਂ ਬਾਅਦ ਹੀ ਸ਼ੋਅ ਸ਼ੁਰੂ ਕਰਤੇ ਸੀ ਆਪਾਂ 11-12 'ਚ, ਤਾਂ ਮੈਨੂੰ ਲੱਗਦਾ ਉਦੋਂ 70-72 ਕੁ ਹਜ਼ਾਰ 'ਚ ਆਪਾਂ ਲਾਇਆ ਸੀ ਪ੍ਰੋਗਰਾਮ ਪਹਿਲਾਂ। ਹਾਂ, ਮਾਤਾ ਨੂੰ ਦਿੱਤਾ ਫਿਰ? ਹਾਂ, ਘਰੇ ਪਹਿਲੀ ਕਮਾਈ। ਹੁਣ ਤਾਂ ਫਿਰ ਚਲੋ ਰੁਟੀਨ ਹੀ ਬਣ ਗਿਆ ਵੀ ਚਲੋ ਕੋਈ ਨਾ ਕੋਈ ਚੱਲਦਾ ਰਹਿੰਦਾ ਆ ਮਸਲਾ। ਹੁਣ ਵੀ ਕਈ ਵਾਰੀ ਮਾਤਾ ਨੂੰ ਹੀ ਮੇਰੇ ਅੰਦਰੋਂ ਦਿਲ ਕਰਦਾ ਹੁੰਦਾ ਕਿ ਚਲੋ ਇਹ ਵੀ ਇੱਕ ਉਹਦੇ 'ਚ ਵੀ ਹੈਪੀਨੈਸ ਆ ਵੀ ਮਾਤਾ ਨੂੰ ਦੇ ਦਿਆ। ਹਾਂ, ਪੁੱਛਦੇ ਹੈ ਵੈਸੇ ਤੁਹਾਨੂੰ ਕੀ ਹਿਸਾਬ ਕਿਤਾਬ ਹੈ ਜਾਂ ਕੀ? ਕਦੀ ਨੀ ਪੁੱਛਿਆ, ਕਦੀ ਨੀ ਪੁੱਛਿਆ, ਜ਼ਿੰਦਗੀ 'ਚ ਨੀ ਪੁੱਛਿਆ ਕਦੇ, ਸਾਰਾ ਆਪ ਹੀ ਮੈਨੇਜ ਕਰਦੇ ਹੋ? ਹਾਂ, ਕਦੀ ਵੀ ਨੀ ਪੁੱਛਿਆ, ਨਾ ਕਦੀ ਕਿਸੇ ਚੀਜ਼ ਦਾ ਸਵਾਲ ਕੀਤਾ। ਮੰਗਦੇ ਨਾ, ਕਦੇ ਆਪਦੇ ਮੂੰਹੋਂ ਮਾਂ ਨੇ ਨੀ ਕਿਹਾ ਵੀ
ਪੈਸੇ ਲਿਆ? ਨਾ ਨਾ ਨਾ, ਅਸੀਂ ਮੈਂ ਬਹੁਤ ਲਏ ਆ, ਮੈਨੂੰ ਤਾਂ ਜਦੋਂ ਲੋੜ ਪੈਣੀ ਮੈਂ ਮੰਮੀ ਇੰਨੇ ਮਸ਼ਹੂਰ ਹੋਣ ਤੋਂ ਬਾਅਦ ਵੀ। ਹਾਂ ਯਾਰ ਮਾਂ ਆ ਮੇਰੀ, ਮਮਤਾ ਆ, ਮੈਂ ਜੋ ਮਰਜ਼ੀ ਨਹੀਂ ਹੁੰਦੇ, ਅੱਜ ਵੀ ਨਹੀਂ ਹੁੰਦੇ ਕਈ ਵਾਰੀ। ਅੱਛਾ ਹਾਂ, ਐ ਹੋ ਜਾਂਦਾ? ਹਾਂ ਸੱਚੀ ਅੱਜ ਵੀ ਨਹੀਂ ਹੁੰਦੇ, ਫਿਰ ਕਹਿੰਦਾ ਮੈਂ ਮਾਤਾ ਇੰਨੇ ਕੁ ਲੋੜ ਸੀ, ਉਹਨੂੰ ਪਤਾ ਵੀ ਇੰਨੇ ਕੁ ਵੀ ਇਹਦੇ 15-20 ਹਜ਼ਾਰ ਹੀ ਹੋਣੇ ਆ, ਮੈਂ ਇੰਨੇ ਕੁ ਲੋੜ ਸੀ ਮਾੜੇ ਜਿਹੇ। ਮੈਂ ਨਹੀਂ ਮੰਨਦਾ ਬਈ ਇਹਨਾਂ ਚੀਜ਼ਾਂ ਨੂੰ ਵੀ। ਬ੍ਰਾਂਡ ਬਰੂੰਡ ਦੇ ਪਿੱਛੇ ਵੀ ਦੌੜ ਹੈਗੀ, ਜਿਵੇਂ ਐਕਟਰ ਬਹੁਤ ਦਿਖਾਉਂਦੇ ਆ, ਜਾਂ ਗੱਡੀਆਂ ਰੇਂਜ ਰੋਵਰ ਹੈ ਜਾਂ ਉਹ ਹੈ, ਸ਼ੌਂਕ ਹੈਗੇ? ਮੈਨੂੰ ਗਿਫਟ ਆ ਜਾਂਦੇ ਆ ਫਿਰ ਮੈਂ ਬ੍ਰਾਂਡ ਮੈਨੂੰ ਸੋਹਣੇ ਲੱਗਦੇ ਆ, ਆਪ ਨਹੀਂ ਖਰੀਦਦੇ? ਆਪ ਵੀ ਕਦੀ ਲੱਗੇ ਤਾਂ, ਅਜੇ ਮਹਿੰਗੀਆਂ ਨੂੰ ਹੱਥ ਨਹੀਂ ਪਿਆ, ਅਜੇ ਠੀਕ ਠੀਕ ਜੀ ਆ ਮਿਡਲ ਜੀ ਵਾਲਿਆਂ ਚ। ਜਿਵੇਂ ਦਿਲਜੀਤ ਹੋਣੇ ਦੇ ਕੱਪੜੇ ਬਹੁਤ ਚਰਚਾ ਦਾ ਵਿਸ਼ਾ ਰਹਿੰਦੇ ਵੀ, ਕੱਪੜੇ ਬਹੁਤ, ਤੁਸੀਂ ਕੁੜਤੇ ਪਜਾਮੇ ਚ ਫਿਰਦੇ ਹੋ? ਬਸ ਐਵੇਂ ਆ, ਬਾਈ ਦਾ ਵੀ ਹੁਣ ਇੱਕ ਲੈਵਲ ਆ, ਉਹ ਉਸ ਮੁਕਾਮ ਤੇ ਆ ਵੀ ਉਹ ਜੋ ਮਰਜ਼ੀ ਕਰ ਸਕਦੇ ਅੱਜ, ਤੇ ਜਿਹਨੂੰ ਜਿੰਨਾ ਪੈਸੇ ਨਾਲ ਹੀ ਹੈ ਨਾ ਫਿਰ ਸਾਰਾ ਕੁਛ। ਹਾਂ ਪੈਸੇ ਨਾਲ ਵੀ ਹੈ, ਜਦੋਂ ਸਾਨੂੰ ਲੱਗੂਗਾ ਕਿ ਹਾਂ ਹੁਣ ਇਹਨਾਂ ਲੱਗਦਾ ਆ ਅੱਜ ਠੀਕ ਆ। ਬੰਬੇ ਬੁੰਬੇ ਜਾਣ ਦਾ ਤੁਹਾਡਾ ਜੀ ਨਹੀਂ ਕਿ ਉੱਥੇ ਜਾ ਕੇ ਉੱਥੇ ਰਿਹਾ ਜਾਵੇ, ਉੱਥੋਂ ਦੀ ਇੰਡਸਟਰੀ ਨਾਲ ਕੰਮ ਕੀਤਾ ਜਾਵੇ, ਇਸ ਤੋਂ ਲੈਵਲ ਵੱਡਾ ਹੋ ਜਾਊਗਾ? ਬੰਬੇ ਵਾਲਿਆਂ ਨੂੰ ਲੋੜ ਪਊਗੀ, ਸੱਦਣਗੇ ਬਾਈ, ਫਿਰ ਜਾਵਾਂਗੇ, ਕੋਈ ਚੱਕਰ ਨਹੀਂ। ਅਜੇ ਤਾਂ ਆਪਣੇ ਪੰਜਾਬੀ ਇੰਨੇ ਪਿਆਰ ਕਰਦੇ ਆ, ਇੰਨੇ ਪਰਿਵਾਰ ਜੁੜੇ ਆ, ਫਿਲਮ ਹੁਣ ਫਿਰ ਆਈ ਜਾਂਦੀ ਹੈ ਸੱਸ ਕੁੱਟਣੀ 2, ਅਗਲੀ ਫਿਰ ਤਿਆਰ ਆ, ਵਧੀਆ ਆ ਬਾਬੇ ਦੀ ਕਿਰਪਾ। ਸੈਟੀਸਫਾਈਡ ਹੋ? ਹਾਂ ਵਧੀਆ, ਕੋਈ ਦੌੜ ਨਹੀਂ। ਔਰ ਮੈਂ ਤੁਹਾਨੂੰ ਦਿਲ ਦੀ ਇੱਕ ਗੱਲ ਦੱਸਾਂ ਵੀ, ਮੇਰਾ ਬੜੇ ਟਾਈਮ ਬਾਅਦ ਦਿਲ ਕੀਤਾ ਕਿ ਮੈਂ ਤੁਹਾਨੂੰ ਇੰਟਰਵਿਊ ਕਰਾਂ ਤੁਹਾਡੇ ਨਾਲ, ਇਹ ਮੈਂ ਆਪਣੇ ਦਿਲ ਦੀ ਗੱਲ ਦੱਸ ਰਿਹਾ, ਮੈਂ ਛੇਤੀ ਕਿਤੇ ਬੋਲਦਾ ਨਹੀਂ, ਪਰ ਤੁਸੀਂ ਪਹਿਲੇ ਹੋ ਜਿਹਨੂੰ ਮੈਂ ਕਿਹਾ ਕਿ ਹਾਂਜੀ ਭਾਜੀ ਕਰਦੇ ਹਾਂ ਆਪਾਂ। ਧੰਨਵਾਦ ਬਾਈ, ਪਰ ਇਹ ਦੱਸੋ ਕਿ ਗੁੱਸਾ ਆਉਂਦਾ? ਹਾਂ ਆਉਂਦਾ, ਮੈਨੂੰ ਇਹ ਲੱਗਦਾ ਮੈਂ ਥੋੜ੍ਹਾ ਕਾਲਾ ਪੈ ਜਾਂਦਾ ਛੇਤੀ ਕੁਛ ਚੀਜ਼ਾਂ ਨੂੰ ਲੈ ਕੇ। ਹੰਕਾਰ ਹੈ? ਨਾ ਵੈਸੇ ਮੇਰਾ ਸੁਭਾਅ ਜਿਵੇਂ ਬਣ ਗਿਆ, ਮੈਨੂੰ ਥੋੜ੍ਹੀ ਜਿਹੀ ਕਾਹਲ ਪੈ ਜਾਂਦੀ ਕਿਸੇ ਚੀਜ਼ ਦੀ, ਕੋਈ ਕੰਮ ਲੇਟ ਹੋ ਜਾਏ ਮੈਨੂੰ ਕਾਹਲ ਪੈ ਜਾਂਦੀ। ਰੱਜ ਨਹੀਂ ਹੈ, ਸਬਰ ਸਾਰਾ ਕੁਛ ਆ। ਹਾਂ ਉਹ ਮੈਨੂੰ ਲੱਗਦਾ ਮੇਰੀ ਬੈਡ ਹੈਬਿਟ ਆ ਉਹ ਮੇਰੇ ਅੰਦਰ, ਜਿਵੇਂ ਮੈਂ ਜਲਦੀ, ਮੇਰੇ ਤੋਂ ਵੇਟ ਨਹੀਂ ਹੁੰਦੀ, ਜੇ ਮੈਂ ਕਹਿਣਾ ਆਹ ਚੀਜ਼ ਕਰਨੀ ਹੈ ਮੇਰਾ ਹੁੰਦਾ ਫਟਾਫਟ ਛੇਤੀ ਹੋ ਜਾਵੇ ਵੀ ਮੈਂ ਫਟਾਫਟ ਕਰਾਂ, ਜੇ ਉਹਦੇ 'ਚ ਕੋਈ ਢਿੱਲ ਆ ਜਾਏ ਜਾਂ ਕਿਸੇ ਦੀ ਕਿਸੇ ਨੇ ਉਹ ਚੀਜ਼ ਨਹੀਂ ਕੀਤੀ, ਮੈਂ ਕਿਸੇ ਤੁਹਾਨੂੰ ਮੈਂ ਕੋਈ ਚੀਜ਼ ਕਹਾਂ ਵੀ ਬਾਈ ਆਹ ਕੰਮ ਆਪਾਂ ਐਂ ਕਰਾਂਗੇ, ਤੁਸੀਂ ਢਿੱਲ ਕਰਦੇ ਹਾਂ, ਤਾਂ ਫਿਰ ਮੈਨੂੰ ਥੋੜ੍ਹੀ ਜਿਹੀ ਕਾਹਲ ਪੈਂਦੀ ਹੈ। ਦੁਸ਼ਮਣੀ ਵੀ ਹੈ? ਨਹੀਂ ਕਿਸੇ ਨਾਲ ਨਹੀਂ। ਨਾ ਨਫ਼ਰਤ? ਨਾ ਨਫ਼ਰਤ, ਨਾ ਈਰਖਾ, ਨਾ ਦੁਸ਼ਮਣੀ ਕਿਸੇ ਖਾਸ ਬੰਦੇ ਪ੍ਰਤੀ। ਜਿਵੇਂ ਪਹਿਲਾਂ ਤੁਸੀਂ ਪਿਛਲੇ ਸੈਗਮੈਂਟ 'ਚ ਕਿਹਾ ਕਿ ਬਹੁਤਿਆਂ ਨੂੰ ਜਵਾਬ ਦੇਣੇ ਸੀ, ਦੇ ਰਿਹਾ, ਉਹ ਨਫ਼ਰਤ ਦੇ ਰਿਹਾ, ਕੰਮ ਨਾਲ ਦੇ ਰਿਹਾ, ਮੈਂ ਕਦੀ ਮੂੰਹ ਨਹੀਂ ਬੋਲਿਆ ਆਪਣੇ, ਮੈਂ ਧੋਖੇ ਵੀ ਮਿਲੇ। ਹਾਂ ਧੋਖੇ ਤਾਂ ਮਿਲਦੇ ਹੀ ਆ, ਧੋਖੇ ਧੋਖਿਆਂ ਨਾਲ ਹੀ ਤੁਸੀਂ ਜ਼ਿੰਦਗੀ 'ਚ। ਇਸ਼ਕ ਵਾਲੇ ਧੋਖੇ ਨਹੀਂ, ਸਮਾਜ ਦੇ ਵਿੱਚ ਦੋਸਤਾਂ ਤੋਂ, ਜਾਣਨ ਵਾਲੇ ਬੰਦਿਆਂ ਤੋਂ ਕਿਵੇਂ ਲੱਗਦੀ ਦੁਨੀਆ, ਕਿਵੇਂ ਲੱਗਦੀ ਹੈ? ਨਹੀਂ ਧੋਖਾ ਨਹੀਂ ਕਹਿ ਸਕਦੇ ਆਪਾਂ, ਮੈਨੂੰ ਲੱਗਦਾ ਵੀ ਜੇ ਕੋਈ ਵੀ ਬੰਦਾ ਤੁਹਾਡੇ ਨਾਲ ਟ੍ਰੈਜਡੀ ਹੁੰਦੀ ਹੈ, ਉਹ ਸ਼ਾਇਦ ਉਹਦੇ ਪਿੱਛੇ ਕੋਈ ਰੀਜ਼ਨ ਹੁੰਦਾ ਹੋਊਗਾ, ਕੋਈ ਜਾਣ ਬੁੱਝ ਕੇ। ਮੇਰੇ ਨਾਲ ਤਾਂ ਇੱਦਾਂ ਕਦੀ ਹੋਇਆ ਨਹੀਂ, ਮੇਰਾ ਤਾਂ ਐਵੇਂ ਰਿਹਾ ਜੇ ਮੇਰਾ ਕਿਸੇ ਨਾਲ 2-3 ਸਾਲ ਬੋਲਬਾਣੀ ਨਹੀਂ ਰਹੀ, ਮੈਂ ਨਹੀਂ ਬੋਲਿਆ, ਤਾਂ ਮੈਨੂੰ ਲੱਗਦਾ ਆਪਣੇ ਆਪ ਹੀ ਸਾਰਾ ਕੁਛ ਠੀਕ ਹੋ ਗਿਆ, ਮੈਨੂੰ ਐਫਰਟਸ ਨਹੀਂ ਕਰਨੇ ਪਏ ਉਸ ਚੀਜ਼ ਦੇ ਲਈ। ਮੰਨ ਲਓ ਮੇਰੀ ਇੱਕ ਬੰਦੇ ਨਾਲ ਨਹੀਂ ਬਣਦੀ, ਤਾਂ ਮੈਂ ਉਹਨੂੰ 2 ਸਾਲ ਨਹੀਂ ਮਿਲਿਆ,
ਪਰ ਮੈਂ ਉਹਦੇ ਬਾਰੇ ਕਦੀ ਮਾੜਾ ਨਹੀਂ ਸੋਚਿਆ, ਕੋਈ ਵਿਚਾਰ ਵੀ ਨਹੀਂ ਰੱਖਿਆ। ਐਨਰਜਿਸਟ ਬਿਲੀਵ ਕਰਦੇ ਹੋ? ਯਾ। ਔਰ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ ਬਈ, ਜਿਹਦਾ ਤੁਹਾਡਾ ਔਰਾ ਹੁੰਦਾ, ਤੁਹਾਡਾ ਸੁਭਾਅ ਹੁੰਦਾ, ਉਹ ਚੀਜ਼ਾਂ ਫਿਰ ਤੁਹਾਨੂੰ ਘੁੰਮ ਕੇ ਆਉਂਦੀਆਂ ਤੁਹਾਡੇ ਵਾਪਸ। ਯਾ। ਚੰਗਾ ਦਿਓਗੇ ਤਾਂ ਵੀ, ਮਾੜਾ ਦਿਓਗੇ ਸਮਾਜ ਵੀ। ਹਾਂ, ਨੇਚਰ ਚ, ਯੂਨੀਵਰਸ ਆਏ ਤਾਂ ਫਿਰ ਉੱਥੇ ਆਉਣੀ ਹੈ ਗੱਲ। Whatever goes comes back around, ਇੱਕ ਅੰਗਰੇਜ਼ੀ ਚ ਕਹਿੰਦੇ ਆ। ਆਫ ਕੋਰਸ, ਹਾਂਜੀ। ਤੁਸੀਂ ਅੱਜ ਮਾੜਾ ਸੋਚਣਾ ਸ਼ੁਰੂ ਕਰ ਦਿਓ ਤੇ ਕੀ ਮਤਲਬ ਉਹਦਾ ਕੀ ਫਾਇਦਾ ਕੀ ਹੈ, ਮਿਲੂਗਾ ਕੁਝ ਮੈਨੂੰ? ਤੁਹਾਨੂੰ ਪੋਜ਼ਿਟਿਵਿਟੀ ਕਿੱਥੋਂ ਆਉਂਦੀ ਹੈ? ਮੈਨੂੰ ਆਪਣੇ ਆਪ ਤੋਂ, ਮੈਨੂੰ ਆਪਣੇ ਪਰਿਵਾਰ ਤੋਂ, ਮੈਨੂੰ ਆਪਣੇ ਯਾਰਾਂ ਦੋਸਤਾਂ ਤੋਂ, ਮੈਨੂੰ ਆਪਣੇ ਕੰਮ ਤੋਂ ਮੋਟੀਵੇਸ਼ਨ। ਹਾਂ, ਮੈਨੂੰ ਆਪਣੇ ਕੰਮ ਤੋਂ ਮੋਟੀਵੇਸ਼ਨ ਆਉਂਦੀ ਹੈ। ਮੈਨੂੰ ਇੱਕ ਬਿਲੀਵ ਰਹਿੰਦਾ ਕਿ ਹਾਂ, ਮੈਂ ਜਦੋਂ ਵੀ ਕੋਈ ਚੀਜ਼ ਕਰੂੰਗਾ ਮੈਂ ਵਧੀਆ ਹੀ ਕਰੂੰਗਾ। ਤਾਂ ਮੈਨੂੰ ਸੁਣਨ ਵਾਲੇ ਵੀ ਸਮਝਦੇ ਆ ਇਹ ਚੀਜ਼ ਕਿ ਹਾਂ, ਚਾਹੇ ਵੈਸੇ ਮੈਂ ਸਾਲ ਸਾਲ ਨਹੀਂ ਕਰਦਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, 6-6 ਮਹੀਨੇ ਸੁਭਾਅ ਹੋ ਜਾਂਦਾ ਆਪਣਾ ਵੀ ਚੱਲ ਕੋਈ ਨਹੀਂ ਯਾਰ ਕਰਾਂਗੇ, ਕੋਈ ਨਹੀਂ ਵਧੀਆ ਚੱਲੀ ਜਾਂਦਾ, ਕਿਰਪਾ ਬਾਬੇ ਦੀ, ਸੋਹਣਾ ਆ ਵਧੀਆ। ਪਰ ਮੈਨੂੰ ਪਤਾ ਜਦੋਂ ਕਰਾਂਗੇ ਵਧੀਆ ਹੀ ਕਰਾਂਗੇ। ਮੈਡੀਟੇਸ਼ਨ ਕਰਦੇ? ਮੈਡੀਟੇਸ਼ਨ ਸਵੇਰੇ ਕੋਸ਼ਿਸ਼ ਕਰਦਾ ਜਦੋਂ ਵੀ ਟਾਈਮ ਮਿਲ ਜੇ ਆਪਣੇ ਆਪ ਨੂੰ, ਹੁਣ ਵਧਾਊਂਗਾ ਇਸ ਚੀਜ਼ ਨੂੰ, ਇਨਕਰੀਜ਼ ਕਰੂੰਗਾ। ਬੰਦਿਆਂ ਦੀਆਂ ਨੈਗੇਟਿਵ ਵਾਈਬਸ ਪਛਾਣ ਲੈਂਦੇ? ਹਾਂ, ਪਤਾ ਲੱਗ ਜਾਂਦਾ ਇਹ ਕੋਲ ਖੜਾ ਯਾਰ, ਇਹ ਪਤਾ ਲੱਗ ਜਾਂਦਾ। ਇਹ ਵੀ ਤੁਹਾਡੇ ਅੰਦਰ ਇੱਕ ਮਸ਼ੀਨਰੀ ਹੁੰਦੀ ਆ ਕਿ ਤੁਸੀਂ ਅਗਲੇ ਨੂੰ ਜੇ ਬੁੱਝ ਲਿਆ ਤਾਂ ਇਹ ਵੀ ਤੁਹਾਡੇ ਅੰਦਰ ਇੱਕ ਕਲਾ ਆ, ਪਤਾ ਲੱਗਣ ਲੱਗ ਜਾਂਦਾ ਬਾਈ ਜਦੋਂ ਕੋਈ ਨੈਗੇਟਿਵ ਤਰੀਕੇ ਨਾਲ ਤੁਹਾਨੂੰ ਜੱਜ ਕਰ ਰਿਹਾ ਜਾਂ ਦੇਖ ਰਿਹਾ ਜਾਂ ਤੁਹਾਡੇ ਬਾਰੇ ਉਹ ਕੁਛ ਬੋਲ ਨਹੀਂ ਰਿਹਾ ਪਰ ਅਜੇ ਤੁਹਾਨੂੰ ਦੇਖ ਹੀ ਰਿਹਾ, ਤੁਹਾਨੂੰ ਪਤਾ ਲੱਗ ਜਾਂਦਾ। ਉਹ ਤੁਹਾਨੂੰ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਆਪ ਪਿਓਰ ਹੁੰਦੇ ਆ। ਜੇ ਤੁਸੀਂ ਵੀ ਅਗਲੇ ਵਰਗੇ ਹੋਵੋਗੇ ਤਾਂ ਫਿਰ ਸ਼ਾਇਦ ਮੁਸ਼ਕਲ ਆ, ਫਿਰ ਉਹ ਨੈਗਟਿਵ ਨੈਗਟਿਵ ਮਿਲ ਜਾਣਗੇ। ਤਾਂ ਮੈਨੂੰ ਐਵੇਂ ਮਹਿਸੂਸ ਹੁੰਦਾ ਵੀ ਕਿ ਯਾਰ ਨਹੀਂ ਆ ਬੰਦਾ ਐਵੇਂ ਨਹੀਂ ਹੈ, ਵਧੀਆ ਨਹੀਂ ਆ ਐਵੇਂ। ਤੁਹਾਨੂੰ ਇਹ ਲੱਗਦਾ ਕਿ ਜੋ ਵੀ ਹੋ ਰਿਹਾ ਕਿਸੇ ਕਾਜ਼ ਲਈ, ਕਿਸੇ ਕਾਰਨ ਲਈ ਹੋ ਰਿਹਾ, ਕੁਛ ਵੀ ਐਵੇਂ ਨਹੀਂ ਹੋ ਜਾਂਦਾ ਦੁਨੀਆ 'ਚ? ਆਪਾਂ ਸਾਰੇ ਆਏ ਹਾਂ, ਆਪਾਂ ਕਿਸੇ ਕਾਰਨ ਕਰਕੇ ਪਰਮਾਤਮਾ ਨੇ ਭੇਜੇ ਹਾਂ, ਸਭ ਪਹਿਲਾਂ ਲਿਖਿਆ ਹੈ। ਤੁਹਾਨੂੰ ਉਹ ਕਾਰਨ ਪਤਾ, ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਤੁਹਾਡਾ ਰੋਲ ਕੀ ਹੈ ਇਸ ਦੁਨੀਆ 'ਚ? ਮੈਨੂੰ ਇਹ ਲੱਗਦਾ ਬਈ ਆਪਾਂ ਸਾਰੇ ਨਾ ਇੱਕ ਰੀਲ ਭਰੀ ਹੋਈ ਹੈ, ਆਪਾਂ ਉਸ ਰੀਲ ਦੇ ਅਕੋਰਡਿੰਗਲੀ ਆਪਾਂ ਆਪਣਾ ਚੱਲ ਰਹੇ ਹਾਂ, ਜ਼ਿੰਦਗੀ ਆਪਣੀ ਕੱਟ ਰਹੇ ਹਾਂ। ਅੱਜ ਅਸੀਂ ਖੁਸ਼ ਹੁੰਦੇ ਹਾਂ, ਸਵੇਰੇ ਅਸੀਂ ਸੈਡ ਹੋ ਜਾਂਦੇ ਹਾਂ, ਉਹ ਪਾਰਟ ਨੇ। ਕਦੀ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਾਂ, ਕਦੀ ਐਂ ਹੁੰਦਾ ਵੀ ਕੱਲ੍ਹ ਯਾਰ ਇੰਨਾ ਖੁਸ਼ ਸੀ, ਅੱਜ ਇੰਨਾ ਮਤਲਬ ਲੋਅ ਫੀਲ ਕਰ ਰਿਹਾ, ਲੋਅ ਫੀਲ ਕਰਨਾ। ਇਹਦਾ ਮਤਲਬ ਉਹ ਪਾਰਟ ਨੇ ਨਾ, ਨੰਬਰ ਨਮੈਰਿਕ ਨੇ ਨਾ ਉਹ ਚੀਜ਼ਾਂ। ਅੱਜ ਕੱਲ੍ਹ ਪਰਸੋਂ, ਅੱਜ ਅਸੀਂ ਇੰਟਰਵਿਊ ਕਰ ਰਹੇ ਹਾਂ, ਬਹੁਤ ਵਧੀਆ, ਮੈਨੂੰ ਤੁਹਾਡੇ ਤੋਂ ਬਹੁਤ ਵਧੀਆ ਵਾਈਬਸ ਆ ਰਹੀਆਂ। ਕੱਲ੍ਹ ਨੂੰ ਹੋ ਸਕਦਾ ਮੈਂ ਬਹੁਤ ਲੋਅ ਫੀਲ ਕਰਾਂ, ਯਾਰ ਮੈਂ ਕੀ ਕਰੀ ਜਾਂਦਾ ਜਾਂ ਹਨਾ, ਮੇਰਾ ਬਿਲੀਵ ਹੈ ਇਹਨਾਂ ਚੀਜ਼ਾਂ 'ਤੇ। ਫਿਲਮ ਕਦੋਂ ਆ ਰਹੀ ਹੈ ਬਾਈ? 7 ਜੂਨ ਨੂੰ ਆ ਰਹੀ ਬਾਈ ਫਿਲਮ, ਡਿਲੇ ਹੋ ਗਈ। ਹਾਂ, 1 ਮਾਰਚ ਨੂੰ ਕਰਨੀ ਸੀ, ਫਿਰ ਵਿੱਚ ਥੋੜ੍ਹੇ ਜਿਹੇ ਆਹ ਚੀਜ਼ਾਂ ਆ ਗਈਆਂ, ਉਹਦੇ ਕਰਕੇ ਫਿਰ ਹੁਣ 7 ਜੂਨ ਨੂੰ ਕਰਾਂਗੇ। ਉਮੀਦ ਕਰਦੇ ਹਾਂ ਪਹਿਲਾਂ ਵਾਲੀ ਨਾਲੋਂ ਵੱਧ ਚੱਲੇ, ਔਰ ਤੁਹਾਨੂੰ ਇੰਨੀਆਂ ਕੁ ਫਿਲਮਾਂ ਆਉਣ, ਇੰਨੀਆਂ ਕੁ ਫਿਲਮਾਂ ਕਿ ਤੁਹਾਡੇ ਕੋਲੇ ਡੇਟਸ ਨਾ ਹੋਣ। ਥੈਂਕ ਯੂ ਬਾਈ, ਤੁਹਾਡਾ ਪਿਆਰ ਹੈ। ਔਰ ਸੱਸ ਕੁੱਟਣੀ 1 ਨੂੰ ਵੀ ਮੈਨੂੰ ਲੱਗਦਾ ਜਿੰਨਾ ਮੀਡੀਆ ਨੇ ਮੈਨੂੰ ਪਿਆਰ ਦਿੱਤਾ ਉਸ ਫਿਲਮ ਦੇ ਰਾਹੀਂ, ਪਤਾ ਲੱਗਿਆ ਤੁਹਾਨੂੰ ਉਦੋਂ ਰੋਲਾ ਜਿਹਾ ਮਨੀਸ਼ਾ ਗੁਲਾਟੀ ਜੀ ਦਾ ਉਹਨਾਂ ਨੇ ਬੜਾ ਜੀ ਉਹਦੇ 'ਤੇ ਕੀਤਾ ਸੀ ਖੰਡਨ ਵੀ, ਨਹੀਂ ਇਹ ਨਾਮ ਨਹੀਂ ਚੰਗਾ ਜਾਂ ਤੁਸੀਂ ਕਿਵੇਂ ਬੋਲ ਸਕਦੇ ਆ।
ਤਾਂ ਤੁਸੀਂ ਬਹੁਤ ਡਟ ਕੇ ਖੜੇ ਉਦੋਂ ਜੀ। ਮੈਨੂੰ ਯਾਦ ਆ ਤੁਹਾਡੀ ਆਪਣੀ ਫੋਨ ਤੇ ਗੱਲ ਹੋਈ ਤਾਂ ਤੁਸੀਂ ਕਿਹਾ ਵੀ ਪਰਵਾਹ ਨਾ ਕਰੀ, ਕੋਈ ਚੱਕਰ ਨੀ, ਚੱਲਦੀਆਂ ਨੇ ਇਹ ਚੀਜ਼ਾਂ, ਇਹ ਵੀ ਚੰਗੇ ਲਈ ਹੁੰਦਾ। ਤਾਂ ਤੁਸੀਂ ਇਹ ਔਰਾ ਹੀ ਆ ਤੁਹਾਡਾ ਪੋਜ਼ਿਟਿਵ ਵੀ, ਤੁਸੀਂ ਇੰਨੀ ਹੱਲਾਸ਼ੇਰੀ ਦਿੰਦੇ ਹੋ। ਹਾਲਾਂਕਿ ਮੀਡੀਆ ਅਤੇ ਕਲਾਕਾਰਾਂ ਦਾ ਤਾਂ ਰਿਸ਼ਤਾ ਹੀ ਬੜਾ, ਮੈਨੂੰ ਲੱਗਦਾ ਕਿ ਪਵਿੱਤਰ ਜਿਹਾ ਆ, ਬੜਾ ਨੇੜੇ ਨੇੜ ਜਿਹੇ ਵਾਲੇ ਆ ਅਸੀਂ, ਸੱਕਿਆਂ ਭਰਾਵਾਂ ਵਾਂਗ ਇੱਕੋ ਜੇ। ਤਾਂ ਉਹ ਜਿਹੜੀ ਹੱਲਾਸ਼ੇਰੀ ਹੈ ਨਾ ਭਰਾਵਾਂ ਦੀ, ਵੱਡਿਆਂ ਦੀ, ਉਹ ਫਿਰ ਡੋਲਣ ਨਹੀਂ ਦਿੰਦੀ। ਉਹ ਬਾਬਾ ਪਰਮਾਤਮਾ ਵੀ ਕਹਿੰਦਾ ਵੀ ਕੋਈ ਚੱਕਰ ਨਹੀਂ ਯਾਰ ਆਪਾਂ ਨਾਲ ਆ। ਬੜਾ ਰੌਲਾ ਪਿਆ ਉਦੋਂ, ਫਿਲਮ ਬੰਦ ਹੋ ਜੂਗੀ, ਫਿਲਮ ਆਉਣ ਨਹੀਂ ਦੇਣੀ। ਫਿਲਮ ਬੰਦ ਵੀ ਨਹੀਂ ਹੋਈ, ਫਿਲਮ ਆਈ ਵੀ ਤਾਂ ਫਿਲਮ ਨੇ ਮਾੜਾ ਮੋਟਾ ਜਿਹੜਾ ਉਹ ਨੈਗੇਟਿਵਿਟੀ ਸੀ ਉਹਨੂੰ ਪਿੱਛੇ ਛੱਡ ਕੇ ਸਗੋਂ ਦਾ ਫਾਇਦਾ ਹੀ ਹੋਇਆ। ਹਾਂ ਹੈ, ਚੰਗੇ ਲਈ ਹੋਇਆ ਨਾ। ਮੈਂ ਤਾਂ ਹੀ ਕਹਿੰਦਾ ਸਾਰਾ ਕੁਝ ਲਿਖਿਆ ਬਾਈ ਜੋ ਹੋਣਾ, ਪਹਿਲਾਂ ਉਹਦਾ ਰੌਲਾ ਪੈਣਾ ਸੀ, ਮੁੜ ਕੇ ਉਸ ਚੀਜ਼ ਨੇ ਸਾਨੂੰ ਫਾਇਦਾ ਦੇਣਾ ਸੀ। ਬਹੁਤ ਧੰਨਵਾਦ ਤੁਸੀਂ ਆਏ ਅੱਜ, ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ, ਬਹੁਤ ਪਿਆਰੀਆਂ ਮਿੱਠੀਆਂ ਸਾਂਝਾ ਗੱਲਾਂ ਬਾਤਾਂ ਕੀਤੀਆਂ ਨੇ। ਔਰ ਮੈਨੂੰ ਲੱਗਦਾ ਕਿ ਜਿੰਨੀ ਸਾਗਰ ਦੀ ਵਾਟੀ ਚੱਲ ਰਹੀ ਹੈ, ਇਦੋਂ 100 ਗੁਣਾ ਵੱਧ ਤੁਹਾਡੀ ਫਿਲਮ ਚੱਲੇ। ਹਾਂ ਬਾਈ, ਤੁਹਾਡੇ ਮੂੰਹ 'ਚ ਘਿਓ ਸ਼ੱਕਰ ਗੁੜ ਪਾਵਾਂ ਮੈਂ, ਤੇ ਪਰਮਾਤਮਾ ਕਰੇ ਸਾਰਿਆਂ ਦਾ ਹੀ ਚੱਲੇ ਕੰਮ, ਜਿਹੜਾ ਵੀ ਮਿਹਨਤ ਕਰ ਰਿਹਾ, ਜਿਹੜਾ ਵੀ ਇਸ ਇੰਡਸਟਰੀ ਦੇ ਵਿੱਚ ਹੈ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਸਾਰੇ ਆਪੋ ਆਪਣੀ ਜਗ੍ਹਾ ਤੇ ਮਿਹਨਤਾਂ ਕਰਨ, ਅਸੀਂ ਵੀ ਲੱਗੇ ਹੋਏ ਹਾਂ, ਸਾਡੀ ਸਾਰੀ ਟੀਮ ਹੈ। ਤੇ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਆਪਣੇ ਪੁੱਤਾਂ ਵਾਂਗ ਮੈਨੂੰ ਪਿਆਰ ਕਰਦੇ ਆ ਤੇ ਹਮੇਸ਼ਾ ਕਰਦੇ ਰਹਿਣਗੇ। ਤੇ ਮੈਂ ਉਹਨਾਂ ਤੇ ਜਿਹੜੇ ਹੌਸਲੇ ਮਿਲਦੇ ਨੇ ਜਾਂ ਜਿਹੜੇ ਉਹਨਾਂ ਦੇ ਮੇਰੇ ਪ੍ਰਤੀ ਵਿਚਾਰ ਨੇ, ਹਮੇਸ਼ਾ ਮੈਂ ਖਰਾ ਉਤਰਾਂ।